ਗੁੱਡ ਮਾਰਨਿੰਗ ਗਾਇਸ ਕੀ ਹਾਲ ਚੱਲ ਰਿਹਾ ਠੀਕ ਠਾਕ ਹੋ ਅੱਛਾ ਤੇ ਮੈਂ ਨਾ ਐਕਚੁਅਲੀ ਆਪਾਂ ਨੇ ਇੱਕ ਆਪਣੇ ਫਰੈਂਡ ਨੂੰ ਪੁੱਛਿਆ ਸੀਗਾ ਕਿ ਪੀਸੀਸੀ ਕਿੱਦਾਂ ਅਪਲਾਈ ਕਰੀਦੀ ਹੈ ਨਾ ਤੇ ਸਾਈਪ੍ਰਸ ਦੀ ਹੈ ਜੇਕਰ ਤੁਸੀਂ ਸਾਈਪ੍ਰਸ ਦੇ ਵਿੱਚ ਇੱਕ ਸਾਲ ਤੋਂ ਵੱਧ ਰਹੇ ਆ ਤਾਂ ਜਾਂ ਕਿਸੇ ਵੀ ਕੰਟਰੀs ਰਹੇ ਆ ਤੁਹਾਨੂੰ ਪੀਸੀਸੀ ਦੀ ਲੋੜ ਪੈਂਦੀ ਹੈ ਨਾ ਤੇ ਆਪਾਂ ਪੀਸੀਸੀ ਕਿੱਦਾਂ ਅਪਲਾਈ ਕਰੀਦੀ ਆ ਮੈਂ ਇਹ ਰਾ ਕੱਲ ਮੇਲ ਕੀਤੀ ਸੀਗੀ ਹਾਇਰ ਸਰ ਮੈਮ ਆਮ ਕਰਨ ਕੰਡਾ ਆਮ ਲਿਵਿੰਗ ਇਨ ਸਾਈਪ੍ਰਸ ਇਨੀ ਤਰੀਕੇ ਨੂੰ ਮੈਂ ਆ ਸੀਗਾ ਤੇ ਸਟੱਡੀ ਇਨ ਗਲੋਬਲ ਕਾਲਜ ਤੇ ਸਾਰਾ ਕੁਛ ਨਾ ਤੇ ਫਿਰ ਉਹਨਾਂ ਨੇ ਰਿਪਲਾਈ ਕੀਤਾ ਅੱਜ ਸਵੇਰੇ 10:30 ਵਜੇ ਰਿਪਲਾਈ ਕੀਤਾ ਐਂਬੈਸੀ ਵਾਲਿਆਂ ਨੇ ਜਿਹੜੀ ਸਾਈਪਰਸ ਦੇ ਵਿੱਚ ਹੈਗੀ ਆ ਜਿਹੜੀ ਸੋਰੀ ਆਪਣੇ ਲਿਸਬਨ ਦੇ ਵਿੱਚ ਹੈਗੀ ਆ ਤੇ ਤੁਹਾਨੂੰ ਇਦਾਂ ਹੀ ਅਪਾਇੰਟਮੈਂਟ ਮਿਲ ਜੂਗੀ ਤੇ ਨੋ ਪ੍ਰੋਬਲਮ ਤੇ ਅਪਾਇੰਟਮੈਂਟ ਔਨ ਇਨੀ ਡੇਟ ਐਟ ਮਾਰਨਿੰਗ ਟਾਈਮ ਯੂ हैव बीइंग ਪਾਸਪੋਰਟ ਐਂਡ ਸਾਈਪਰਸ ਆਈਡੀ ਇਫ ਯੂ ਹੈਵ yellow slip ਐਂਡ ਮੈਰਿਜ ਸਰਟੀਫਿਕੇਟ ਜੇਕਰ ਤੁਹਾਡੇ ਕੋਲ yellow slip ਜਾਂ ਮੈਰਿਜ ਸਰਟੀਫਿਕੇਟ ਹੈਗਾ ਆ ਤੇ ਵੀਜੂਰ ਲੱਗੂਗੇ ਐਮਬੈਸੀ ਫੀਸ ਤੇ ਤੁਹਾਡੀ ਪੀਸੀਸੀ ਬਣ ਕੇ ਆਜੂਗੀ ਤੇ ਬਾਕੀ 6 ਮਹੀਨੇ ਵਾਸਤੇ ਬਿਲਡ ਹੁੰਦੀ ਆ ਤੇ ਬਾਕੀ ਇਹ ਫੋਨ ਨੰਬਰ ਲਿਖਿਆ ਆ ਤੇ ਤੁਸੀਂ ਇਦਾਂ ਮੇਲ ਕਰਕੇ ਤੇ ਆਪਣੀ ਸਾਈਪ੍ਰਸ ਦੀ ਅਪਾਰਟਮੈਂਟ ਚੱਕ ਸਕਦੇ ਆ ਪੀਸੀਸੀ ਵਾਸਤੇ ਤੇ ਤੁਹਾਡੀ ਪੀਸੀਸੀ ਬਣ ਕੇ ਤੁਹਾਡੇ ਜਿਹੜਾ ਘਰ ਦਾ ਜੁਨਤਾ ਹੋਊਗਾ ਉੱਥੇ ਆਜੂਗੀ ਸਹੀ ਹੋ ਗਿਆ ਜੀ ਤੇ ਕੋਈ ਅਪਾਰਟਮੈਂਟ ਚੱਕਣ ਦੀ ਲੋੜ ਨਹੀਂ ਕੋਈ ਕੋਸ਼ਿਸ਼ ਕਰਨ ਦੀ ਲੋੜ ਨਹੀਂ ਸਿਰਫ ਇੱਕ ਤੁਸੀਂ ਮੇਲ ਕਰਨੀ ਆ ਤੇ ਮੇਲ ਤੋਂ ਬਾਅਦ ਤਾਨੂੰ ਤੁਹਾਡੀ ਪੀਸੀਸੀ ਰੈਡੀ ਹੋ ਗਏ ਤੁਹਾਡੇ ਘਰ ਤੱਕ ਮਹੀਨੇ ਦੇ ਵਿੱਚ ਵਿੱਚ ਬਣ ਕੇ ਆ ਜੂਗੀ ਤੇ ਸਾਈਪ੍ਰਸ ਵਾਲਿਆਂ ਲਈ ਤੇ ਦੂਜੀ ਗੱਲ ਮੇਰੀ ਇੱਕ ਪੁਰਾਣੀ ਮੈਂ ਗੱਲ ਹੋਈ ਸੀ ਕਿ ਜੇਕਰ ਆਪਾਂ ਰਿਫਿਊਜੀ ਵਾਲੇ ਆ ਤੇ ਜਦ ਹੁਣ ਪੁਰਤਗਾਲ ਆਏ ਆ ਬਹੁਤ ਸਾਰੇ ਆਪਣੇ ਰਿਫਿਊਜੀ ਵਾਲੇ ਭੈਣ ਭਰਾ ਤੇ ਉਹ ਕੀ ਕਰਨ ਤੇ ਜੇਕਰ ਰਿਫਿਊਜੀ ਵਾਲੇ ਬੰਦੇ ਪੁਰਤਗਾਲ ਆਏ ਆ ਤੇ ਮੈਂ ਤੁਹਾਡੇ ਵਾਸਤੇ ਅਗਲੀ ਵੀਡੀਓ ਲੈ ਕੇ ਆਉਂਗਾ ਕਿ ਰਿਫਿਊਜੀ ਵਾਲੇ ਬੰਦੇ ਮਤਲਬ ਕਿ ਕਿਸ ਤਰ੍ਹਾਂ ਪੀਸੀਸੀ ਅਪਲਾਈ ਕਰ ਸਕਦੇ ਹੈਗੇ ਆ ਤੇ ਤੇ ਕਿੱਦਾਂ ਕਰ ਸਕਦੇ ਨਾ ਕਿਉਂਕਿ ਇਹਨਾਂ ਨੇ ਮੇਲ ਦੇ ਵਿੱਚ ਦੋ ਚੀਜ਼ੇ ਲਿਖਿਆ ਹੈ ਪਹਿਲੀ ਚੀਜ਼ ਲਿਖੀ ਆ yellow slip ਦੂਜੀ ਚੀਜ਼ ਲਿਖੀ ਆ ਮੈਰਿਜ ਸਰਟੀਫਿਕੇਟ ਤੇ ਇੱਥੇ ਇਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਹੈਗਾ ਰਿਫਿਜੀ ਵਾਲਿਆਂ ਦਾ ਤੇ ਬਾਕੀ ਅਗਲੀ ਵੀਡੀਓ ਵਿੱਚ ਜਲਦ ਲੈ ਕੇ ਆਉਂਗਾ ਰਿਫਿਜੀ ਵਾਲਿਆਂ ਵਾਸਤੇ ਤੇ ਮੈਂ ਮੇਲ ਮੇਲ ਸੈਂਡ ਕਰੂੰਗਾ ਐਂਬੈਸੀ ਵਾਲੇ ਕੀ ਕਹਿੰਦੇ ਆ ਸਹੀ ਹੋ ਗਿਆ ਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਧਿਆਨ ਰੱਖੋ ਜੀ ਆਪਣਾ